ਬਠਿੰਡਾ ਦੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਿਚ ਲੜਕੀ ਦੇ ਵੱਲੋਂ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ। ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮਾਮਲਾ ਐਤਵਾਰ ਦੇਰ ਸ਼ਾਮ ਦਾ ਹੈ, ਜਿੱਥੇ ਕਿ ਬਾਦਲ ਰੋਡ ਦੇ ਉੱਤੇ ਬਣੀ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਚ ਇਕ ਲੜਕੀ ਨੇ ਖੁਦਕੁਸ਼ੀ ਕਰ ਲਈ। ਫਿਲਹਾਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਲੇਕਿਨ ਸਿਵਲ ਹਸਪਤਾਲ ਵਿਖੇ ਡੈਡ ਬੋਡੀ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ। ਕਹਾਂ ਸੇ ਆਏ ਵਸੀ? ਗਿਆਨੀ ਜੈਲ ਸਿੰਘ ਕਾਲਜ। ਅੱਛਾ, ਕਿਆ ਬੋਲਿਆ, ਕਿਆ ਲੈ ਕੇ ਆਇਆ? ਉਹ ਹੈਗੀ ਕੁੜੀ ਕੀ ਬੋਡੀ ਹੈ, ਹਾਂ, ਤੇ ਉਹ ਸੁਸਾਈਡ ਕਰ ਗਈ ਸੀ। ਅੱਛਾ, ਬਸ ਇਹਦਾ ਨਾ ਪਤਾ ਮੇਰੇ ਕੋਲ ਪਰਤੀ ਕੁਝ ਪਤਾ ਕਰਾ ਇਹ ਨਹੀਂ ਪਤਾ ਮੇਰੇ ਕੋਲ, ਇਹ ਹੋਸਟਲ ਵਾਲੇ ਬਤਾਣਗੇ ਜਾਂ ਫਿਰ ਮੈਨੇਜਮੈਂਟ ਬਤਾਓਗੇ ਆਪਣੇ ਕੋਲ, ਇਹ ਪੁਲਿਸ ਵਾਲੇ ਬਤਾਣਗੇ। ਕੀ ਨਾਮ ਹੈ ਆਪਣਾ? ਮੇਰਾ ਨਾਮ ਹੈ ਚਿੱਤਰ ਬਹਾਦਰ। ਹਾਂ ਜੈ ਬ੍ਰੋ, ਚਿੱਤਰ ਬਹਾਦਰ। ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਨਾ ਗਿਆਨੀ ਜੈਲ ਸਿੰਘ ਕਾਲਜ ਮਾਰਾ ਰਣਜੀਤ ਸਿੰਘ ਯੂਨੀਵਰਸਿਟੀ 'ਚ ਕੁੜੀਆਂ ਦੇ ਹੋਸਟਲ 'ਚ ਲੜਕੀ ਨੇ ਸੁਸਾਈਡ ਕੀਤਾ। ਹਾਂਜੀ, ਮੌਕੇ ਤੇ ਪਏ ਗਏ ਆ, ਜਾਂਚ ਪੜਤਾਲ ਦਾ ਵਿਸ਼ਾ। ਇੱਕ ਵਾਰੀ ਬੋਡੀ ਅਸੀਂ ਮੋਰਚਰੀ ਵਿੱਚ ਦਾਖਲ ਕਰਵਾ ਦਿੱਤੀ। ਕੀ ਨਾਮ ਆ, ਕਿੰਨੇ ਕਲਾਸ ਦੀ ਜੈ? ਹਾਂ, ਕੁੜੀ ਦਾ ਨਾਮ ਰਵਨੀਤ ਕੌਰ ਹੈ ਜੀ। ਕਿੰਨੀ ਕਲਾਸ ਪੜ੍ਹਦੀ? ਇਹ BSc ਫਸਟ ਇਅਰ। ਇਸ ਮੌਕੇ ਗੱਲਬਾਤ ਕਰਦੇ ਆ ਐਂਬੂਲੈਂਸ ਦੇ ਡਰਾਈਵਰ ਨੇ ਦੱਸਿਆ ਕਿ ਉਸ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ। ਉਸ ਨੂੰ ਡੈਡ ਬੋਡੀ ਸਿਵਲ ਹਸਪਤਾਲ ਪਹੁੰਚਾਉਣ ਦੀ ਜ਼ਿੰਮੇਵਾਰੀ ਮਿਲੀ ਸੀ। ਉੱਥੇ ਹੀ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਲੜਕੀ BSc ਦੀ ਸਟੂਡੈਂਟ ਹੈ। ਉਸ ਨੇ ਆਤਮ ਹੱਤਿਆ ਕਿਉਂ ਕੀਤੀ ਇਸ ਦੇ ਬਾਰੇ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਜਗਬਾਣੀ TV ਲਈ VK ਬਹਿਲ ਦੀ ਰਿਪੋਰਟ।